ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਜਿਹੜੇ ਬਜ਼ੁਰਗਾਂ ਨੂੰ ਆ ਤੁਸੀਂ ਜ਼ਮੀਨ 'ਤੇ ਅਤੇ ਕਿਤੇ ਕੁਰਸੀਆਂ 'ਤੇ ਲੇਟੇ ਹੋਏ ਨੂੰ ਦੇਖ ਰਹੇ ਹੋ, ਅਤੇ ਇਹ ਬਜ਼ੁਰਗ ਦਾ ਨਾਮ ਸਰਦਾਰ ਸੁਰਿੰਦਰ ਸਿੰਘ ਮੱਕੜ ਆ ਜੀ। ਅਤੇ ਇਹ ਬਜ਼ੁਰਗ ਸਾਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਮੇਨ ਬੱਸ ਅੱਡੇ ਤੋਂ ਮਿਲੇ ਆ ਜੀ। ਅਤੇ ਬਾਪੂ ਜੀ ਉੱਥੇ ਪਿਛਲੇ 1.5 ਮਹੀਨੇ ਤੋਂ ਇਸੇ ਤਰ੍ਹਾਂ ਜ਼ਿੰਦਗੀ ਕੱਟ ਰਹੇ ਸੀਗੇ ਜੀ। ਅਤੇ ਕਿਤੇ ਥੜੇ 'ਤੇ ਸੌ ਜਾਂਦੇ ਸੀ, ਕਿਤੇ ਅੰਦਰ ਲੱਗੀਆਂ ਹੋਈਆਂ ਕੁਰਸੀਆਂ 'ਤੇ ਸੌ ਜਾਂਦੇ ਸੀ, ਅਤੇ ਇੱਦਾਂ ਪ੍ਰਸ਼ਾਦਾ ਛਕਦੇ ਸੀ ਜੇ ਕੁਛ ਕਾਰਨ ਦਾ ਸੀ। ਅਤੇ ਇੰਨੇ ਖੁਦਾਰ ਬੰਦੇ ਆ ਅਤੇ ਕਿਸੇ ਤੋਂ ਮੰਗ ਕੇ ਨਹੀਂ ਸੀ ਖਾਂਦੇ। ਅਤੇ ਇੱਕ ਵੀਰ ਆ ਸਾਡੇ ਜਗਜੀਤ ਸਿੰਘ ਅਤੇ ਇੱਕ ਪ੍ਰਿੰਸ ਵੀਰ ਆ ਅੰਮ੍ਰਿਤਸਰ ਤੋਂ ਸਾਡੀ ਟੀਮ ਦੇ ਮੈਂਬਰ, ਉਹਨਾਂ ਨੇ ਸਾਡੇ ਕੋਲ ਬਜ਼ੁਰਗਾਂ ਨੂੰ ਪਹੁੰਚਦੇ ਕੀਤਾ। ਸੱਚੇ ਪਾਤਸ਼ਾਹ ਨੇ ਸਾਡੇ ਕੋਲ ਸੇਵਾ ਲਾਈ ਆ ਬਾਪੂ ਦੀ। ਪਰ ਇਹ 70-75 ਸਾਲ ਦੇ ਬਜ਼ੁਰਗ ਤੁਸੀਂ ਦੇਖੋ ਕਿੱਦਾਂ ਜ਼ਿੰਦਗੀ ਕੱਢ ਰਹੇ ਸੀ ਇਹ ਪਿਛਲੇ 1.5 ਮਹੀਨੇ ਤੋਂ ਕਰੀਬ। ਜੀ ਇਹ ਬੱਸ ਸਟੈਂਡ ਅੰਮ੍ਰਿਤਸਰ ਜੀ, ਮੇਨ ਬੱਸ ਸਟੈਂਡ ਅੰਮ੍ਰਿਤਸਰ, ਇੱਥੇ ਇੱਕ ਬਜ਼ੁਰਗ ਰਹਿੰਦੇ ਆ ਜੀ। ਤੁਹਾਨੂੰ ਮੈਂ ਦਰਸ਼ਨ ਕਰਾਉਣਾ ਉਹਨਾਂ ਦੇ। ਸਾਫ ਤੋਂ ਸੂਰਤ ਇੱਕ ਸਿੱਖ ਬੰਦਾ ਇੱਥੇ ਮਾੜੀ ਹਾਲਤ ਵਿੱਚ ਰਹਿ ਰਿਹਾ। ਇੱਕ ਮਿੰਟ ਤੁਹਾਨੂੰ ਦਿਖਾਉਣਾ ਜਾ। ਆ ਜੀ ਬੱਸ ਸਟੈਂਡ, ਆ ਬਾਬਾ ਜੀ ਬੈਠੇ, ਰੋਟੀ ਨਾ ਖਾ ਲਈ ਜੀ, ਥੱਲੇ ਚੁੱਕ ਕੇ ਵੀ ਖਾਣ ਡਿਆ। ਬਾਪੂ ਜੀ ਕੋਈ ਰਿਸ਼ਤੇਦਾਰ ਨੀ ਕੋਈ ਆਉਂਦਾ ਲੈਣ? ਨਹੀਂ, ਰਿਸ਼ਤੇਦਾਰ ਕਿੰਨੇ ਆਉਣਾ? ਰਿਸ਼ਤੇਦਾਰ ਹੈਗੇ ਨੇ, ਰਿਸ਼ਤੇਦਾਰ ਨੀ ਚਿੰਤਾ ਅੱਜ ਕੱਲ੍ਹ ਦੇ ਭੈਣ ਭਰਾ ਨੀ ਆਉਂਦੇ, ਰਿਸ਼ਤੇਦਾਰਾਂ ਕਿਤੋਂ ਆਉਣਾ? ਫਿਰ ਇੱਥੇ ਰਹਿੰਦੇ ਜੇ? ਇੱਥੇ ਰਾਤ ਨੀ ਇਹਨਾਂ ਮਰ ਗਿਆ ਛੇ ਗੁਰਦਾਸਪੁਰ ਗੁਰਦਾਸਪੁਰ ਆਖਿਆ ਤੁਸੀਂ? ਗੁਰਦਾਸਪੁਰ ਨੰਗ ਪੈ ਜੀ, ਨੰਗ ਲੈਣਾ ਲਿਆਉਣ ਮੈਂ ਜੋੜਾ ਮੁੰਡੀ ਜਾ ਕੇ ਅਸਲ ਜੀ ਤੁਸੀਂ ਮਾਂ ਪਿਓ ਮਰ ਗਿਆ ਅਤੇ ਭੈਣ ਭਰਾ ਵੀ ਹੈ ਨਹੀਂ ਗਏ, ਇਹ ਭੈਣਾਂ ਨੇ ਜੀ ਇਹਨਾਂ ਭੈਣਾਂ ਕੋਲ ਦਵਾਈ ਦਿੱਤੇ ਭੈਣ ਕੋਲ ਭਰਾ ਦਿੱਤੇ। ਨਹੀਂ ਹੁਣ ਤੁਹਾਡਾ ਪਿੰਡ ਪਿੰਡ ਕਿਤੇ ਗੁਰਦਾਸਪੁਰ ਆ ਨਾ, ਉੱਥੇ ਉੱਥੇ ਜਾਈਦਾ ਅਤੇ ਉਹ ਜਾਵਾਂਗਾ, ਕੱਲ੍ਹ ਪਰਸੋਂ ਜਾਵਾਂਗਾ ਉੱਥੇ, ਉੱਥੇ ਰਹੀ ਥਾਂ ਨਹੀਂ ਕਿਰਾਏ ਤੇ ਹੈਗੀ ਨਹੀਂ ਥਾਂ, ਕਿਰਾਏ 'ਤੇ ਥਾਂ ਹੀ ਕਿਰਾਏ 'ਤੇ ਰਹਿੰਦੇ ਕਿਰਾਏ 'ਤੇ ਰਹਿੰਦਾ ਮੈਂ। ਨਹੀਂ ਤੁਹਾਨੂੰ ਤਾਂ ਮੈਂ ਬਹੁਤ ਦਿਨ ਦਾ ਇੱਥੇ ਦੇਖਣ ਡਿਆ, ਬਹੁਤ ਦਿਨ ਦਾ ਦੇਖਣ ਡਿਆ, ਮੈਂ ਇੱਥੇ ਰਹਿੰਦਾ ਮੈਂ ਦਿਹਾਈ ਨਹੀਂ ਕਿਉਂਕਿ ਮੈਂ ਕੀ ਕਰਾਂ, ਕਿੱਥੋਂ ਪੈਸੇ ਭਰਾਂ ਮੈਂ, ਲਾਤੀ ਹੋਏ ਤਾਂ ਫਿਰ ਸਿਪਾ ਤੁਸੀਂ ਲਾਤ ਤਾਂ ਫਿਰ ਤੁਹਾਡੀ ਖਰਾਬ ਸੀ। ਆਹੋ ਚਲੋ ਕੋਈ ਨਹੀਂ, ਸੂਟੀ ਫੜਾਂਗਾ, ਸੂਟੀ ਦੇ ਸੋ ਸੂਟੀ ਕੋਈ ਨਹੀਂ, ਮੈਂ ਕੱਲ੍ਹ ਲੈ ਆਊਂਗਾ ਪੈਸੇ ਦੀ, ਕੱਲ੍ਹ ਕਿੱਥੇ ਹੋ ਗਈ, ਮੈਂ ਕੱਲ੍ਹ ਪੈਸੇ ਦੇਊਂਗਾ, ਕੱਲ੍ਹ 150 ਰੁਪਏ ਤੁਹਾਨੂੰ ਸੂਟੀ ਫੜਾਂਗਾ, ਕੋਈ ਗੱਲ ਨਹੀਂ ਪਏਗਾ ਨਾ ਠੀਕ ਹੋਏਗੀ, ਚਲੋ ਠੀਕ ਓਕੇ 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 ਸਵੇਰੇ ਲੈ ਮੈਂ ਪੈਸੇ ਨਹੀਂ ਪੈਸੇ ਲੈ ਆਊਂ, ਛੋਟੀ ਲੈਵਾਂ ਛੋਟੀ 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 ਲੈ ਆਊਂਗਾ, ਕਿੱਡੀ ਚਾਹੀਦੀ ਵੱਡੀ ਡਾਂਗ? ਇੱਥੇ ਖੁੰਡੀ ਆ, ਇੱਥੇ ਆਉਂਦੀ ਚਲੋ ਠੀਕ ਆ, ਸਵੇਰੇ ਲੈ ਆਊਂਗਾ, ਸਵੇਰੇ ਲੈ ਆਊਂਗਾ, ਥੱਲੇ ਰਬੜ ਲੱਗੀ ਹੋਵੇ, ਰਬੜ ਲੱਗੀ ਤਿੰਨ ਚਾਰ ਲੱਗੀਆਂ, ਚਲੋ ਠੀਕ ਠੀਕ ਓਕੇ ਓਕੇ। ਇਹ ਬਾਪੂ ਜੀ ਬੱਸ ਅੱਡੇ ਬੈਠੇ ਹੋਏ ਆ ਜੀ, ਲੋਕੇਸ਼ਨ ਹੈਗੀ ਆ ਜਿੱਥੋਂ ਬੱਸਾਂ ਚੱਲਦੀਆਂ, 29 ਨੰਬਰ, 30 ਨੰਬਰ, 31 ਨੰਬਰ। ਹੋ ਜਾਣਾ ਠੀਕ ਬਾਪੂ, ਕਿਰਪਾ ਹੋ ਜਾਣੀ ਆ ਵਾਹਿਗੁਰੂ ਦੀ, ਵਾਹਿਗੁਰੂ ਦੇ ਘਰੇ ਆ ਗਏ ਤੁਸੀਂ ਅੱਜ, ਠੀਕ ਆ, ਸੱਚੇ ਪਾਤਸ਼ਾਹ ਮਿਹਰ ਕਰਨਗੇ ਤੁਹਾਡੇ ਤੇ। ਹੋਰ ਬਾਪੂ ਠੀਕ ਠਾਕ ਹੋ? ਕਿੱਥੇ ਬਾਪੂ ਰਹਿੰਦੇ ਜੀ ਤੁਸੀਂ? ਕਿੰਨਾ ਟਾਈਮ ਪਹਿਲਾਂ? ਉੱਥੇ ਜ਼ਮੀਨ ਸੀ ਨਾਨਕਿਆਂ ਦੀ, ਅੱਛਾ, ਪਈ ਦਿੱਤੀ ਆ ਤੇ, ਅੱਛਾ, ਜ਼ਮੀਨ ਨਹੀਂ ਆਪਣਾ ਕੋਈ, ਅੱਛਾ ਜੀ, ਤੇ ਮੈਂ ਬੱਸ ਸਟੈਂਡ ਤੇ ਹੀ। ਕਿੰਨੇ ਟਾਈਮ ਤੋਂ? ਇਹ ਮਹੀਨੇ ਤੋਂ। ਇੱਥੇ ਬਹਿ ਜਾ ਥੱਲੇ, ਇੱਥੇ ਬੈਠ ਜਾ, ਬੈਠ ਜਾ, ਹੌਲੀ ਬੈਠ ਜਾ, ਧਿਆਨ ਨਾਲ, ਧਿਆਨ ਨਾਲ, ਹਾਂ ਬਸ ਸੱਟ ਨਾ ਖਾ ਲਿਓ, ਅੱਛਾ, ਬੱਸ ਸਟੈਂਡ ਤੇ ਹਾਂ। ਬੱਸ ਸਟੈਂਡ ਤੇ ਕਿੰਨਾ ਟਾਈਮ ਹੋ ਗਿਆ ਬਾਪੂ? ਬੱਸ ਸਟੈਂਡ ਤੇ ਮਹੀਨਾ ਹੋ ਗਿਆ। ਮਹੀਨਾ ਹੋ ਗਿਆ, ਨਾਲੇ ਬੰਦੇ ਕਹਿੰਦੇ ਬਾਹਲੇ ਟਾਈਮ ਤੋਂ ਰਹਿ ਰਹੇ ਬੱਸ ਸਟੈਂਡ ਤੇ। ਡਾਕਟਰਾਂ ਨੇ ਕੱਢੀ ਚਾਰ ਪਾਸੇ ਤੋਂ, ਤੇ ਹੁਣ ਉਹਨੇ ਨੀ ਵਿੱਚ ਉਂਗਲ ਮਾਰ ਮਾਰ ਕੱਢੀ ਸਾਰੀ ਯਾਰ, ਇੱਥੋਂ ਤੱਕ ਜਿਹੜੀ ਆ ਨਾ। ਨਹੀਂ ਡਾਕਟਰ ਇਹ ਨਹੀਂ ਦੱਸਿਆ ਵੀ ਗੋਡਾ ਨਵਾਂ ਪੈਣਾ,
ਕਿੰਨਾ ਟਾਈਮ ਪਹਿਲਾਂ ਬਾਪੂ ਪਿੰਗਲਵਾੜੇ ਕਿਉਂ ਕਿੰਨੇ ਕਿੰਨਾ ਟਾਈਮ ਪਹਿਲਾਂ ਜਮਾ ਹੋਏ ਤੁਸੀਂ ਜਾ ਕੇ? ਦੋ ਸਾਲ ਹੋ ਗਏ ਜੀ। ਆਪੇ ਹੀ ਚਲੇ ਗਏ ਸੀ ਤੁਸੀਂ ਕਿੱਲੇ ਛੱਡ ਗਿਆ ਸੀ ਕੋਈ? ਆਪੇ ਭਰਾ ਦੇ ਕੇ ਦੂਜਾ ਭਤੀਜਾ ਅਤੇ ਹੋਰ ਹੀ ਦਵਾਈ ਉਹਨਾਂ ਉਹ ਛੱਡ ਕੇ ਆਏ ਜੀ? ਉਹ ਛੱਡ ਗਿਆ ਜੀ। ਫਿਰ 2 ਸਾਲ ਤੁਸੀਂ ਉੱਥੇ ਰਹੇ? ਫੋਟੋ ਵੀ ਦੇਖੀ ਸੀ ਇਹਦੀ, ਭੇਜੀ ਸੀ ਮੁੰਡੇ ਨੇ, ਲਾਈ ਸੀ ਇਹਨੇ ਫੋਟੋ। ਮੈਨੂੰ ਨਾ ਗੁੱਟ ਹਿੱਲ ਗਿਆ ਤੇਰਾ ਬਾਪੂ। ਆਹੋ ਉਦੋਂ ਹਿੱਲ ਗਿਆ ਸੀ ਠੀਕ ਆ। ਬਾਪੂ ਕੀ ਬਣਾਇਆ ਹੋਇਆ? ਬਾਪੂ ਪੂਰਾ ਪਹਿਲੀ ਰਿਹਾ ਬਾਈ, ਜਿਹੜੀ ਬਾਪੂ ਦੀ ਗੱਲ ਦਿਮਾਗ ਚ ਆਈ ਸੀ, ਬੰਦਾ ਫੜਿਆ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੇ ਬਜ਼ੁਰਗਾਂ ਨੂੰ ਤੁਸੀਂ ਆਪਣੀ ਸਕਰੀਨ 'ਤੇ ਦੇਖਿਆ ਕਿ ਬਜ਼ੁਰਗਾਂ ਦਾ ਨਾਂ ਸਰਦਾਰ ਸੁਰਿੰਦਰ ਸਿੰਘ ਮੱਕੜ ਆ ਜੀ, ਅਤੇ ਇਹਨਾਂ ਦੇ ਪਿਤਾ ਜੀ ਦਾ ਨਾਂ ਹੈਗਾ ਜੀ ਹਰਦਿਆਲ ਸਿੰਘ ਮੱਕੜ ਜੀ। ਅਤੇ ਇਹ ਬਜ਼ੁਰਗਾਂ ਨੂੰ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਗੁਰੂਆਂ ਦੀ ਧਰਤੀ, ਜਿਹੜਾ ਸਾਡੀ ਸਿੱਖੀ ਦਾ ਧੁਰਾ, ਉਸ ਪਾਵਨ ਧਰਤੀ ਤੋਂ ਲੈ ਕੇ ਆਏ ਨੇ ਸਾਡੇ ਕੋਲ ਵੀਰ। ਸਾਡਾ ਵੀਰ ਆ ਜੀ ਪ੍ਰਿੰਸ, ਇਸ ਵੀਰ ਨੂੰ ਤੁਸੀਂ ਪਹਿਲਾਂ ਵੀ ਅੱਗੇ ਜਾਣਦੇ ਹੋ। ਇਹ ਵੀਰ ਸਾਡੇ ਕੋਲ ਪਹਿਲਾਂ ਬਾਪੂ ਬਲਵਿੰਦਰ ਸਿੰਘ ਜੀ ਨੂੰ ਲੈ ਕੇ ਆਏ ਸੀਗੇ ਜੀ, ਅੱਜ ਤੋਂ ਕਰੀਬ 2 ਕੁ ਮਹੀਨੇ ਪਹਿਲਾਂ, ਜਿਹੜੇ ਬਾਬਾ ਅਟੱਲ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਬਾਬਾ ਜੀ ਪਏ ਸੀ ਬਹੁਤ ਹੀ ਮਾੜੀ ਹਾਲਤ ਦੇ ਵਿੱਚ, ਜਿਹੜੇ ਕਿ ਦਾੜੇ ਦੇ ਵਿੱਚ ਅਤੇ ਕੇਸਾਂ ਦੇ ਵਿੱਚ ਚਿੱਚੜ ਜੂਆਂ ਬਹੁਤ ਜ਼ਿਆਦਾ ਲੱਗੀਆਂ, ਇਹਦੇ ਪੂਰਾ ਸਰੀਰ ਜ਼ਖਮਾਂ ਨਾਲ ਭਰਿਆ ਹੋਇਆ ਸੀ। ਅਤੇ ਅੱਜ ਵਾਹਿਗੁਰੂ ਨੇ ਪ੍ਰਿੰਸ ਵੀਰ ਨੂੰ ਫਿਰ ਸੇਵਾ ਲਾਈ ਆ ਬਾਪੂ ਸੁਰਿੰਦਰ ਸਿੰਘ ਜੀ ਦੀ ਜੀ, ਅਤੇ ਅੱਜ ਇਹਨਾਂ ਨੂੰ ਛੱਡਣ ਲਈ ਇੱਥੇ ਸਾਡੇ ਕੋਲ ਸੰਸਥਾ 'ਤੇ ਪਹੁੰਚੇ ਆ ਜੀ। ਅਤੇ ਵਾਹਿਗੁਰੂ ਨੇ ਕਿਰਪਾ ਕਰੀ ਆ ਸਾਡੇ ਵਰਗੇ ਕਲਯੁਗੀ ਬੰਦਿਆਂ ਨੂੰ, ਸੱਚੇ ਪਾਤਸ਼ਾਹ ਦੀ ਮਿਹਰ ਨਾਲ ਬਾਪੂ ਉਹਨਾਂ ਦੀ ਸੇਵਾ ਸਾਨੂੰ ਮਿਲੀ ਹੋਈ ਆ। ਅਤੇ ਸਾਡੇ ਕੋਲ ਪਹਿਲਾਂ ਵੀ ਸ਼੍ਰੀ ਹਰਿਮੰਦਰ ਸਾਹਿਬ ਦੀ ਧਰਤੀ ਤੋਂ ਪਹਿਲਾਂ ਵੀ ਸਾਡੇ ਕੋਲ 2 ਬਜ਼ੁਰਗ ਪਹਿਲਾਂ ਹੀ ਆਲਰੇਡੀ ਰਹਿ ਰਹੇ ਆ। ਆਹ ਬਾਪੂ ਦਾ ਨਾਂ ਹੈਗਾ ਜੀ ਸਵੇਗ ਸਿੰਘ ਜੀ, ਅਤੇ ਇਹਨਾਂ ਨੂੰ ਵੀ ਉੱਥੋਂ ਲੋਗੜ ਵਾਲਾ ਕਿਲ੍ਹਾ 6ਵੇਂ ਪਾਤਸ਼ਾਹ ਜੀ ਦੇ ਗੁਰਦੁਆਰਾ ਸਾਹਿਬ ਆ, ਉੱਥੋਂ ਸਾਡੇ ਕੋਲ ਵੀਰ ਛੱਡ ਕੇ ਗਏ ਸੀਗੇ। ਆ ਦੇਖੋ ਉਸ ਇਸ ਹਾਲਾਤ ਦੇ ਵਿੱਚ ਗੁਰੂ ਘਰ ਦੇ ਬਾਹਰ ਇਹ ਬਜ਼ੁਰਗ ਉਦੋਂ ਬੈਠੇ ਸੀਗੇ, ਅਤੇ ਇਹਨਾਂ ਦੇ ਦੋਨਾਂ ਪੈਰਾਂ ਦੇ ਵਿੱਚ ਕੀੜੇ ਪਏ ਹੋਏ ਸੀ ਬਾਪੂ ਦੇ, ਅਤੇ ਜਿਹੜੇ ਕਿ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਪੂਰੇ ਵਧੀਆ ਤੰਦਰੁਸਤ ਹੋ ਗਿਆ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਜੀ। ਅਤੇ ਇਹਨਾਂ ਨੂੰ ਮੱਝੂਪੁਰੇ ਵਾਲੇ ਜਿਹੜਾ ਸਰਪੰਚ ਸਾਹਿਬ ਆ ਉਹ ਛੱਡ ਕੇ ਗਏ ਸਾਡੇ ਕੋਲ। ਅਤੇ ਇੱਦਾਂ ਹੀ ਇਹ ਬਾਪੂ ਸਾਡੇ ਨਿਸ਼ਾਨ ਸਿੰਘ ਜੀ ਆ ਜੀ, ਇਹਨਾਂ ਨੂੰ ਜੋਬਨ ਵੀਰ ਹੋਣੀ ਅੰਮ੍ਰਿਤਸਰ ਤੋਂ ਹੀ ਉਹ ਵੀਰ ਛੱਡ ਕੇ ਗਏ ਸੀ। ਇਹ ਵੀ ਬਾਪੂ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਰਮਾ ਦੇ ਵਿੱਚ ਹੀ ਸੌਂਦੇ ਸੀ। ਇਹਨਾਂ ਦੇ ਸਿਰ ਦੇ ਵਿੱਚ ਬਹੁਤ ਵੱਡਾ ਜ਼ਖਮ ਸੀਗਾ, ਅਤੇ ਇਹਨਾਂ ਦੇ ਸਿਰ ਦੇ ਵਿੱਚ ਕੀੜੇ ਪਏ ਹੋਏ ਸੀਗੇ ਜੀ। ਆਹ ਤੁਸੀਂ ਹਾਲਾਤ ਦੇਖੋ ਸਿਰ ਦੇ, ਉਸ ਟਾਈਮ ਬਾਪੂ ਦੇ ਕੀ ਹਾਲਾਤ ਸੀ। ਅਤੇ ਅੱਜ ਨਿਸ਼ਾਨ ਸਿੰਘ ਜੀ ਸਾਡੇ ਨਾਲ ਦਿਨ ਭਰ ਰਾਤ ਸੇਵਾ ਕਰਦੇ ਨੇ ਜੀ, ਅਤੇ ਪਾਠ ਦੀ ਸੇਵਾ ਸਾਰੀ ਜਿਹੜੀ ਇੱਥੇ ਸਾਡੇ ਸਵੇਰ ਅਤੇ ਸ਼ਾਮ ਨੂੰ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਬਾਣੀ ਦਾ ਉਚਾਰਨ ਹੁੰਦਾ, ਅਤੇ ਉਹਦੇ ਵਿੱਚ ਨਿਸ਼ਾਨ ਸਿੰਘ ਜੀ ਸਭ ਤੋਂ ਮੂਹਰੇ ਹੋ ਕੇ ਸੇਵਾ ਕਰਵਾਉਂਦੇ ਆ ਜੀ। ਅਤੇ ਅੱਜ ਸਾਡੇ ਕੋਲ ਬਾਪੂ ਸੁਰਿੰਦਰ ਸਿੰਘ ਜੀ ਆ ਗਏ ਆ ਜੀ, ਅਤੇ ਹੁਣ ਸਾਡੇ ਕੋਲ 4 ਬਜ਼ੁਰਗ ਆ ਜੀ ਜਿਹੜੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਸਾਡੇ ਕੋਲ ਆਏ ਹੋਏ ਆ, ਸਾਨੂੰ ਸੇਵਾ ਵਾਹਿਗੁਰੂ ਨੇ ਇਹਨਾਂ ਬਜ਼ੁਰਗਾਂ ਨੇ ਦਿੱਤੀ ਆ। ਅਤੇ ਬਾਪੂ ਸੁਰਿੰਦਰ ਸਿੰਘ ਜੀ ਦੀ ਜਿਹੜੀ ਸਟੋਰੀ ਆ, ਇਹ ਬਾਪੂ ਜੀ ਪਿਛਲੇ 1.5-2 ਮਹੀਨਿਆਂ ਤੋਂ ਅੰਮ੍ਰਿਤਸਰ ਸਾਹਿਬ ਦੇ ਜਿਹੜਾ ਬੱਸ ਅੱਡਾ ਵਾ ਮੇਨ, ਉਹਦੇ ਵਿੱਚ ਸੌਂਦੇ ਸੀਗੇ, ਉੱਥੇ ਰਹਿੰਦੇ ਸੀ। ਬਾਪੂ ਜੀ ਕੋਲ ਇੱਕ ਆਹ ਸਕੰਜਾ ਜਿਹੜਾ ਆਹ ਦੇਖ ਰਹੇ ਹੋ ਤੁਸੀਂ ਵੋਕਰ, ਅਤੇ ਇੱਕ ਕੰਬਲ ਅਤੇ ਇੱਕ ਲੋਈ ਸੀਗੀ, ਅਤੇ ਇੱਕ ਲੋਈ ਥੱਲੇ ਵਿਛਾ ਲੈਂਦੇ ਸੀ ਅਤੇ ਕੰਬਲ ਉੱਪਰ ਲੈ ਲੈਂਦੇ ਸੀ। ਇੰਨੀ ਠੰਡ ਦੇ ਵਿੱਚ ਬਾਪੂ ਜੀ ਪਿਛਲੇ 1.5-2 ਮਹੀਨਿਆਂ ਤੋਂ ਇਸ ਹਾਲਾਤ ਦੇ ਵਿੱਚ ਉੱਥੇ ਗੁਜ਼ਾਰਾ ਕਰ ਰਹੇ ਸੀ। ਸਰਦਾਰ ਬੰਦੇ ਥੜੇ ਦੇ ਉੱਪਰ, ਜਿਹੜੇ ਬੱਸ ਅੱਡੇ ਦੇ ਉੱਪਰ ਥੜੇ ਬਣੇ ਹੁੰਦੇ ਆ ਜਾਂ ਉੱਥੇ ਚੇਹਰਾਂ ਲਾਈਆਂ ਹੋਈਆਂ ਆਰਾਮ ਕਰਨ ਵਾਸਤੇ ਸਵਾਰੀਆਂ ਦੇ, ਉੱਥੇ ਬਾਪੂ ਜੀ ਸੌਂਦੇ ਸੀਗੇ। ਅਤੇ ਬਾਪੂ ਜੀ ਆਪ ਵੀ ਤੁਹਾਨੂੰ ਦੱਸਣਗੇ ਵੀ ਕਿਸ ਹਾਲਾਤ ਦੇ ਵਿੱਚ ਬਾਪੂ ਜੀ
ਉੱਥੇ ਸੀਗੇ ਅਤੇ ਕਿੱਦਾਂ ਇਹਨਾਂ ਨੂੰ ਕੀ ਪ੍ਰੋਬਲਮ ਆਈ ਹੈ ਜੀ? ਬਾਪੂ ਜੀ ਤੁਹਾਨੂੰ ਕੀ ਗੱਲ ਹੋਈ ਸੀ ਕਿ ਤੁਰ ਨਹੀਂ ਹੁੰਦਾ ਥੋਤੋਂ, ਕਿ ਸੱਟ ਲੱਗੀ ਹੋਈ ਹੈ ਕੋਈ? ਨਹੀਂ, ਇਹ ਗੋਡੇ ਦੀ ਪਸ ਪਈ ਗਈ ਜੀ, ਗੋਡੇ ਦੇ ਵਿੱਚ। ਗੋਡੇ 'ਚ ਪਸ ਭਰੀ ਹੋਈ ਆ ਜੀ? ਠੀਕ ਆ ਜੀ। ਗੋਡੇ 'ਚੋਂ ਨਿਕਲ ਗਈ ਅਤੇ ਮੈਂ ਪਿੰਗਲ ਵਾਲੇ 'ਚ ਦਾਖਲ ਹੋਇਆ ਹਾਂ। ਤੁਸੀਂ ਬੀਬੀ ਕਿਰਨਜੀਤ ਕੌਰ ਰਿਹਾ? ਹਾਂਜੀ, ਜਿਨ੍ਹਾਂ ਨੇ ਇਲਾਜ ਕੀਤਾ ਸੀਗਾ। ਠੀਕ ਹੈ ਬਾਪੂ ਜੀ, ਪਿੰਗਲਵਾੜਾ ਸਾਹਿਬ 'ਚ ਕਿੰਨਾ ਟਾਈਮ ਰਹੇ ਤੁਸੀਂ? ਦੋ ਸਾਲ ਵੀ ਇਹਨਾਂ ਦਾ ਭਰਾ ਹੋਵੇ ਪ੍ਰਿੰਸ ਦਾ, ਜਿਹਨੇ ਮੈਨੂੰ ਪੱਠੀ ਵਾਲੇ ਮੁੰਡੇ ਦਾ ਜਿਹੜਾ ਛੱਡ ਕੇ ਗਿਆ ਇੱਥੇ, ਜਗਜੀਤ ਬਾਈ ਜਿਨ੍ਹਾਂ ਨੇ ਸਾਨੂੰ ਫੋਟੋਆਂ ਭੇਜੀਆਂ ਸੀ ਜੀ, ਜਿਨ੍ਹਾਂ ਨੇ ਬਾਪੂ ਜੀ ਬਾਰੇ ਜਾਣਕਾਰੀ ਦਿੱਤੀ, ਫਿਰ ਅਸੀਂ ਪ੍ਰਿੰਸ ਵੀਰ ਨੂੰ ਇਹਨਾਂ ਬਾਰੇ ਦੱਸਿਆ ਅਤੇ ਫਿਰ ਪ੍ਰਿੰਸ ਵੀਰ ਅੱਜ ਸਾਡੇ ਕੋਲ ਇੱਥੇ ਬਜ਼ੁਰਗਾਂ ਨੂੰ ਛੱਡਣ ਲਈ ਪਹੁੰਚੇ ਆ। ਅਤੇ ਇਹ ਬਜ਼ੁਰਗ ਉੱਥੇ ਗੋਡੇ ਦਾ ਬਹੁਤ ਵਧੀਆ ਹੋਇਆ, ਪਹਿਲਾਂ ਬਜ਼ੁਰਗ ਦੱਸਦੇ ਆ ਵੀ ਜਿਹੜਾ ਇਹਨਾਂ ਦਾ ਰੇਸ਼ਾ ਬਹੁਤ ਜ਼ਿਆਦਾ ਨਿਕਲਦਾ ਸੀ ਉੱਥੋਂ ਹੀ ਪਿੰਗਲਵਾੜੇ ਦੇ ਵਿੱਚੋਂ ਇਹਨਾਂ ਦਾ ਇਲਾਜ ਹੋਇਆ, ਪਰ ਠੀਕ ਨਹੀਂ ਹੋਇਆ, ਠੀਕ ਨਹੀਂ ਹੋ ਸਕੇ ਬਾਪੂ ਜੀ। ਅਤੇ ਹੁਣ ਸੱਚੇ ਪਾਤਸ਼ਾਹ ਨੇ ਸਾਨੂੰ ਸੇਵਾ ਦਿੱਤੀ ਹੈ ਜੀ ਬਜ਼ੁਰਗਾਂ ਦੀ, ਅਤੇ ਵਾਹਿਗੁਰੂ ਕਿਰਪਾ ਕਰਨ ਬਾਪੂ ਜੀ ਠੀਕ ਹੋ ਕੇ ਆਪਦੀ ਨੋਰਮਲ ਜ਼ਿੰਦਗੀ ਜਿਉਣ ਦੇ ਕਾਬਲ ਹੋ ਜਾਣ ਜੀ, ਅਤੇ ਆਪਦੀ ਜਿਹੜੀ ਦਿਨ ਚਰਿਆ ਉਹ ਤੁਰ ਫਿਰ ਕੇ ਆਪਦੇ ਪੈਰਾਂ ਦੇ ਸਿਰ 'ਤੇ ਕੱਢ ਸਕਣ। ਅਤੇ ਅਸੀਂ ਇਹ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਇੱਦਾਂ ਦੇ ਬਜ਼ੁਰਗ ਜਿਹੜੇ ਸਾਡੇ ਦੇਸ਼ ਦੀ, ਸਾਡੇ ਪੰਜਾਬ ਦੀ, ਸਾਡੇ ਜਿਵੇਂ ਕਹਿ ਦੀ ਸਮਾਜ ਦੀ ਧਰੋਹਰ ਹੁੰਦੇ ਆ ਸਾਡੇ, ਉਹ ਬਜ਼ੁਰਗ ਇੱਦਾਂ ਸੜਕਾਂ 'ਤੇ ਰੁੜਨਗੇ ਤਾਂ ਬੜੀ ਦੁੱਖ ਦੀ ਗੱਲ ਆ। ਵੀ ਅੰਮ੍ਰਿਤਸਰ ਸਾਹਿਬ ਦੇ ਬੱਸ ਸਟੈਂਡ ਦੇ ਉੱਪਰ ਬਾਪੂ ਡੇਢ ਦੋ ਮਹੀਨਿਆਂ ਤੋਂ ਇੱਦਾਂ ਥੜਿਆਂ ਦੇ ਉੱਪਰ ਕਿਤੇ ਉੱਥੇ ਕਿਤੇ ਉੱਥੇ ਸੌਂਦੇ ਸੀਗੇ, ਅਤੇ ਪਰ ਕਿਸੇ ਨੇ ਨਜ਼ਰ ਨਹੀਂ ਮਾਰੀ, ਕਿਸੇ ਨੇ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਮੇਰੀ ਇਹਨਾਂ ਨੇ ਰੁਪਈਆ ਤੱਕ ਨਹੀਂ ਦਿੱਤਾ। ਪ੍ਰਿੰਸ ਨੂੰ ਪਤਾ, ਪ੍ਰਿੰਸ ਨੂੰ ਪ੍ਰਿੰਸ ਨੇ ਪੁੱਛਿਆ ਛੋਲੇ ਵਾਲੇ ਨੂੰ, ਛੋਲੇ ਵਾਲੇ ਨੇ ਆਣ ਕੇ ਦੱਸਿਆ ਵੀ ਇੱਕ ਮੰਗਦਾ ਤੇ ਰਾਤ ਨੂੰ, ਅਤੇ ਉਹਨਾਂ ਨੇ ਠੀਕ ਜਵਾਬ ਦਿੱਤਾ। ਉਹਨੇ ਆਖਿਆ ਨਾ ਮੰਗਦਾ ਨਹੀਂ ਗਾ, ਮੰਗਣੇ ਦੋ ਪੈਂਦਾ ਪੈਸੇ ਕੁਛ ਦਿੰਦਾ, ਅਤੇ ਇਹੋ ਜਿਹਾ ਹੁੰਦਾ ਨੇ। ਅਤੇ ਯਾਨੀ ਕਿ ਬਾਪੂ ਜੀ ਦੱਸਦੇ ਵੀ ਖੁਰਦਾਰੀ ਦੇ ਨਾਲ ਜ਼ਿੰਦਗੀ ਜਿਉਈ ਹੈ ਬਾਪੂ ਨੇ। ਬਾਪੂ ਨੇ ਵਿਆਹ ਨਹੀਂ ਕਰਾਇਆ, ਬਾਪੂ ਜੀ ਦੇ ਦੋ ਭਰਾ ਸੀਗੇ ਛੋਟੇ, ਦੋਨੇ ਸੀ ਬਾਪੂ ਦੇ, ਦੋਨੇ ਚੜ੍ਹਾਈ ਕਰ ਗਏ, ਇੱਕ ਚਰਨਜੀਤ ਸਿੰਘ ਮੱਕੜ ਅਤੇ ਕੁਲਦੀਪ ਸਿੰਘ ਮੱਕੜ। ਇਹਨਾਂ ਦੀ ਬਾਪੂ ਜੀ ਦੀ ਕਰਿਆਨੇ ਦੀ ਦੁਕਾਨ ਸੀਗੀ ਕਿਸੇ ਟਾਈਮ ਦੇ ਵਿੱਚ, ਅਤੇ ਬਾਪੂ ਜੀ ਹੁਣੇ ਅਜਨਾਲੇ ਪੜ੍ਹੇ ਹੋਏ ਆ, ਅਤੇ ਬਾਪੂ ਜੀ ਹੁਣੇ ਜਨਮ ਵੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਹੀ ਹੋਇਆ ਹੋਇਆ। ਅਤੇ ਅੱਜ ਬਾਪੂ ਜੀ ਦੇ ਜਿਹੜੇ ਹਾਲਾਤ ਇਸ ਲੈਵਲ 'ਤੇ ਪਹੁੰਚ ਚੁੱਕੇ ਆ ਵੀ ਬਾਪੂ ਜੀ ਨੂੰ ਇਸ਼ਨਾਨ ਕੀਤੇ ਨੂੰ ਬਹੁਤ ਟਾਈਮ ਹੋ ਗਿਆ, ਸਮੈਲ ਇੰਨੀ ਜ਼ਿਆਦਾ ਆ ਰਹੀ ਹੈ ਪਿਸ਼ਾਬ ਦੀ ਜਾਂ ਹੋਰ, ਕਿਉਂਕਿ ਬਜ਼ੁਰਗ ਸਰੀਰ ਆ ਆਪਦੀ ਕਿਰਿਆ ਸੋਚਣ ਦੇ ਕਾਬਲ ਨਹੀਂ ਰਹੇ, ਕੇਸਾਂ ਦਾ ਹਾਲ ਜਾਂ ਹੋਰ, ਮੈਨੂੰ ਕਿ ਬੜੀ ਇਹੋ ਜਿਹੇ ਕੱਪੜੇ ਪਾਉਂਦਾ ਹੀ ਨਹੀਂ ਮੈਂ, ਜਿੱਦਾਂ ਦੇ ਅੱਜ ਪਾਏ ਨੇ ਮੈਂ ਕੱਪੜੇ, ਮੈਡਮ ਨੂੰ ਪਤਾ ਇਹ, ਮੈਂ ਮੈਡਮ ਕੋਲ ਰਿਹਾ ਮੈਂ ਉੱਥੇ ਪਿੰਗੜ ਵਾਲੇ ਜੇ। ਠੀਕ ਹੈ, ਅਸੀਂ ਇੱਕ ਬੇਨਤੀ ਕਰਦੇ ਹਾਂ ਵੀ ਇਹ ਬਜ਼ੁਰਗਾਂ ਦਾ ਜਿਹੜਾ ਇੱਕ ਪਿਛੋਕੜ ਆ ਜਿਹੜਾ ਉਹ ਬੜਾ ਦੁੱਖ ਭਰਿਆ, ਬਾਪੂ ਜੀ ਦੇ ਦੋਨੇ ਫਾਦਰ ਅਤੇ ਮਦਰ ਦੋਨੋਂ 1984 ਦੇ ਵਿੱਚ ਹਰਿਮੰਦਰ ਸਾਹਿਬ ਦੇ ਅਟੈਕ ਦੇ ਵਿੱਚ ਫੌਜ ਨੇ ਗੋਲੀਆਂ ਨਾਲ ਮਾਰ ਭੁੰਨ ਦਿੱਤਾ ਸੀ, ਅਤੇ ਲਾਸ਼ ਇਹ ਬਾਪੂ ਜੀ ਦੱਸਦੇ ਵੀ ਲਾਸ਼ਾਂ ਵੀ ਨਹੀਂ ਮਿਲੀਆਂ ਸੀ ਇਹਨਾਂ ਨੂੰ, ਇਹਨਾਂ ਦੇ ਮਾਤਾ ਦੀ ਅਤੇ ਇਹਨਾਂ ਦੇ ਪਿਤਾ ਜੀ ਦੀਆਂ ਇਹਨਾਂ ਨੂੰ। ਅਤੇ ਇਹ ਵੀ ਖੁਦ ਵੀ ਉਸ ਟਾਈਮ ਇਹ ਉੱਥੇ ਮੌਜੂਦ ਸੀਗੇ, ਅਤੇ ਉਹ ਕਿੱਦਾਂ ਇਹ ਬਚੇ ਜਾਂ ਕਿਵੇਂ ਕਿੱਦਾਂ ਇਸ ਹਾਲਾਤ ਅੱਜ ਇਹ ਆਪਣੇ ਸਾਹਮਣੇ ਆ, ਇਹ ਚੀਜ਼ਾਂ ਬੜੀ ਲੰਬੀ ਸਟੋਰੀ ਆ ਇਹਦੇ ਪਿੱਛੇ। ਪਰ ਅੱਜ ਬਾਪੂ ਸੁਰਿੰਦਰ ਸਿੰਘ ਮੱਕੜ ਜਿਨ੍ਹਾਂ ਦੀ ਸੇਵਾ ਸਾਡੀ ਟੀਮ ਨੂੰ ਮਿਲੀ ਹੈ ਸੱਚੇ ਪਾਤਸ਼ਾਹ ਦੀ ਮਿਹਰ ਨਾਲ, ਅਸੀਂ ਆਪਦੀ ਪੂਰੀ ਤਨਦੇਹੀ ਨਾਲ ਸੇਵਾ ਨਿਭਾਵਾਂਗੇ ਜੀ। ਅਤੇ ਅਸੀਂ ਤੁਹਾਨੂੰ ਵੀ ਸਾਰੇ ਵੀਰਾਂ ਭੈਣਾਂ ਨੂੰ ਇੱਕ ਬੇਨਤੀ ਕਰਦੇ ਹਾਂ ਵੀ ਇੱਦਾਂ ਦੇ ਬਜ਼ੁਰਗਾਂ ਨੂੰ ਜ਼ਰੂਰ ਬਚਾਇਆ ਕਰੋ, ਜ਼ਰੂਰ ਇਹਨਾਂ ਦੀ ਮਦਦ ਕਰਿਆ ਕਰੋ। ਇਸ ਤੋਂ ਵੱਧ ਮਾੜੇ ਹਾਲਾਤ ਹੋਰ ਕੀ ਦੇਖਣਾ ਚਾਹੁੰਦੇ ਹੋ ਤੁਸੀਂ? ਇੱਕ ਬਜ਼ੁਰਗ ਵਾਕਰ ਦੇ ਨਾਲ ਤੁਰਦਾ ਜਿਹਦੇ ਕੱਪੜੇ ਪਾਇਆ ਨੂੰ ਤਕਰੀਬਨ ਡੇਢ ਦੋ ਮਹੀਨੇ ਹੋ ਗਏ, ਹਾਲਾਤ ਤੋਂ ਪਤਾ ਲੱਗਦਾ, ਨੇੜੇ ਕੋਲ ਖੜ੍ਹੇ ਤੋਂ ਪਤਾ ਲੱਗਦਾ ਬਜ਼ੁਰਗਾਂ ਦੀ ਕੀ ਹਾਲਤ ਆ, ਬਾਪੂ ਦੀ ਦਸਤਾਰ ਆ ਜਿਹੜੀ ਪੱਗ ਆ ਉਹਦੇ ਤੋਂ ਪਤਾ ਲੱਗਦਾ ਵੀ ਕਿੰਨੀ ਲਿਬੜੀ ਪਈ ਆ, ਕਿੰਨੀ ਗੰਦੀ ਹੋਈ ਪਈ ਆ। ਕਿਸੇ ਵੀਰ ਨੇ ਜੇ ਯਾਨੀ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਕੋਈ ਇੱਦਾਂ ਦੀ ਮਦਦ ਨਹੀਂ ਹੋਊਗੀ ਤਾਂ ਹੋਰ ਸਾਡੇ ਸ਼ਹਿਰਾਂ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਕਿੱਥੇ ਮਦਦ ਹੋ ਜੂ ਇੱਕ ਗੁਰਸਿੱਖ ਬੰਦੇ ਦੀ? ਇਹ ਸਾਡੇ ਵਾਸਤੇ ਦੁੱਖ ਦੀ ਅਤੇ ਸ਼ਰਮ ਦੀ ਗੱਲ ਆ, ਅਤੇ ਇਹ ਜ਼ਰੂਰ ਅੱਗੇ ਆਇਆ ਕਰੋ। ਇੱਦਾਂ ਦੇ ਵਿੱਚ ਬੱਸ ਅੱਡੇ ਤੋਂ ਲੱਖਾਂ ਲੋਕ ਰੋਜ਼ ਬੱਸਾਂ ਚੜ੍ਹਦੇ ਆ, ਉਤਰਦੇ ਆ, ਉਹਨਾਂ ਨੂੰ ਸਰਦਾਰ ਮੱਕੜ ਕਿਉਂ ਨਹੀਂ ਦਿਖੇ ਜੀ ਉੱਥੇ ਪਏ? ਅਤੇ ਜਿੱਦਾਂ ਬਾਬਾ ਟੱਲ ਸਾਹਿਬ ਦੇ ਬਾਹਰ ਬਾਪੂ ਬਲਵਿੰਦਰ ਸਿੰਘ ਜੀ ਪਏ ਸੀ, ਇਹ ਵੀਰ ਪ੍ਰਿੰਸ ਉਹਨਾਂ ਨੂੰ ਅਤੇ ਬਨਾਰਸੀ ਦਾਸ ਜੀ ਨੂੰ ਦਿਸੇ, ਹੋਰ ਉੱਥੇ ਲੱਖਾਂ ਲੋਕ ਲੰਘਦੇ ਸੀ, ਉਹਨਾਂ ਨੂੰ ਕਿਉਂ ਨਹੀਂ ਦਿਖੇ ਜੀ? ਅਤੇ ਇੱਦਾਂ ਹੀ ਸਰਦਾਰ ਸਵੇਗ ਸਿੰਘ ਜੀ ਬਾਪੂ ਸਾਡੇ, ਅਤੇ ਇਹ ਗੁਰਦੁਆਰਾ ਸਾਹਿਬ ਸਾਡੇ ਲੋਹਗੜ ਵਾਲਾ ਕਿਲ੍ਹਾ ਜਿਹੜਾ ਛੇਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਦੇ ਬਾਹਰ ਦੋਹਾਂ ਪੈਰਾਂ ਦੇ ਵਿੱਚ ਕੀੜੇ ਪਏ ਹੋਏ ਸੀ, ਅਤੇ ਇਹ ਜਿਹੜੇ ਸਾਡੇ ਤੁਹਾਨੂੰ ਦੱਸਿਆ ਮੱਝੂਪੁਰੇ ਵਾਲੇ ਸਰਪੰਚ ਸਾਹਿਬ ਆ ਉਹਨਾਂ ਨੂੰ ਦਿਖੇ, ਹੋਰ ਕਾਹਤੋਂ ਕਿਸੇ ਨੂੰ ਦਿਖੇ ਜਿਹੜੇ ਲੱਖਾਂ ਲੋਕ ਉੱਥੇ ਮੱਥਾ ਟੇਕਣ ਆਉਂਦੇ ਆ। ਇੱਦਾਂ ਹੀ ਸਰਦਾਰ ਨਿਸ਼ਾਨ ਸਿੰਘ ਜੀ ਹੈ ਜੀ ਸਾਡੇ, ਇਹਨਾਂ ਦੇ ਸਿਰ ਦੇ ਵਿੱਚ ਜਿਵੇਂ ਤੁਹਾਨੂੰ ਫੋਟੋਆਂ ਦਿਖਾਈਆਂ ਕੀੜੇ ਪੈ ਗਏ ਸੀਗੇ, ਅਤੇ ਇਹ ਜੋਵਨ ਵੀਰ ਹੋਣੀ ਆ ਜਿਹੜੇ ਸਾਡੇ ਉਹਨਾਂ ਨੂੰ ਉੱਥੇ ਦਿਖੇ ਜਦੋਂ ਵਾਈਪਰ ਲਾ ਰਹੇ ਸੀ, ਪੋਚਾ ਲਾ ਰਹੇ ਸੀ, ਹੋਰ ਕਿਸੇ ਨੂੰ ਕਾਸ ਤੋਂ ਨਹੀਂ ਦਿਖੇ।
ਤੇ ਇਹ ਜਾਣੀ ਕਿ ਬੜੀ ਦੁੱਖ ਦੀ ਗੱਲ ਆ ਜਿਹੜੇ ਬੰਦੇ ਇੰਨਾ ਇੰਨਾ ਟਾਈਮ ਸੜਕਾਂ 'ਤੇ ਰੁਲਦੇ ਰਹਿੰਦੇ ਆ ਜਾਣੀ ਕਿ ਗੇਟਾਂ ਦੇ ਬਾਹਰ ਗੁਰੂ ਘਰ ਦੇ ਬਾਹਰ ਕੀੜਿਆਂ ਦੇ ਨਾਲ ਜੂਆਂ ਚਿੱਚੜਾਂ ਦੇ ਨਾਲ ਜੂਝ ਰਹੇ ਆ ਜਾਂ ਸਰਦਾਰ ਸੁਰਿੰਦਰ ਸਿੰਘ ਮੱਕੜ ਜੀ ਵਾਂਗ ਇੱਕ ਗੋਡੇ ਦੇ ਜ਼ਖਮ ਨੂੰ ਲੈ ਕੇ ਇੱਕ ਗਿੱਟੇ ਦੇ ਗੁੱਟ ਦੇ ਜ਼ਖਮ ਨੂੰ ਲੈ ਕੇ ਜਿਹੜੇ ਚੱਲ ਫਿਰ ਵੀ ਨਹੀਂ ਸਕਦੇ ਇੱਕ ਪਤਲੀ ਲੋਈ ਅਤੇ ਇੱਕ ਕੰਬਲ ਨੂੰ ਲੈ ਕੇ ਜ਼ਿੰਦਗੀ ਕੱਟ ਰਹੇ ਪਿਛਲੇ 1.5-2 ਮਹੀਨਿਆਂ ਤੋਂ ਕਿਉਂ ਨਹੀਂ ਦਿਖਦੇ ਆਪਾਂ ਨੂੰ ਇਹ ਜ਼ਰੂਰ ਆਲੇ ਦੁਆਲੇ ਝਾਤ ਮਾਰਿਆ ਕਰੋ ਜ਼ਰੂਰ ਦੇਖਿਆ ਕਰੋ ਘੱਟੋ ਘੱਟ ਪੰਜਾਬੀ ਬੰਦਾ ਪੰਜਾਬੀ ਦੀ ਤਾਂ ਮਦਦ ਕਰ ਹੀ ਸਕਦਾ ਜੀ ਅਤੇ ਇਹ ਕਿੱਥੇ ਕੋਈ ਧਰਮ ਜਾਤਾਂ ਪਾਤਾਂ ਇਹ ਸਭ ਇੱਥੇ ਹੀ ਰਹਿ ਜਾਣੇ ਆ ਜੀ ਇੱਕ ਇਨਸਾਨ ਦੇ ਤੌਰ 'ਤੇ ਇਨਸਾਨ ਦੀ ਮਦਦ ਕਰਿਆ ਕਰੋ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਵਾ ਜੀ ਬੰਦੇ ਦੇ ਅੰਦਰ ਹੀ ਰੱਬ ਵੱਸਦਾ ਇਹਨੂੰ ਗੁਰਦੁਆਰਿਆਂ ਮੰਦਰ ਮਸੀਤਾਂ ਦੇ ਮਜ਼ਾਰਾਂ ਦੇ ਵਿੱਚ ਲੱਭਣ ਦੀ ਲੋੜ ਨਹੀਂ ਅਤੇ ਕਿਸੇ ਚੰਗੇ ਲੋੜਵੰਦ ਇਨਸਾਨ ਦੀ ਮਦਦ ਕਰਦਿਆ ਕਰੋ ਇੱਕ ਵੱਡੇ ਤੀਰਥ ਜਿੰਨਾ ਪੁੰਨ ਲੱਗਦਾ ਜੀ ਇੰਨੀ ਕਿ ਤੁਹਾਡੇ ਨਾਲ ਜਾਣਕਾਰੀਆਂ ਅਤੇ ਬੇਨਤੀਆਂ ਸਾਂਝੀਆਂ ਕਰਨੀਆਂ ਸੀ ਜੀ ਅਸੀਂ ਇੰਨੇ ਸਿਆਣੇ ਅਤੇ ਬੁੱਧੀਜੀਵੀ ਤਾਂ ਹੈ ਨਹੀਂ ਗੇ ਪਰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਹਾਲਾਤਾਂ ਨੂੰ ਜਿਵੇਂ ਅਸੀਂ ਰੋਜ਼ ਦੇਖਦੇ ਹਾਂ ਉਹ ਤੁਹਾਡੇ ਸਾਹਮਣੇ ਬਿਆਨ ਕਰਦੇ ਰਹਿੰਦੇ ਹਾਂ ਜੀ ਸਾਡਾ ਨੰਬਰ 97-803-0073 ਆ ਜੀ ਅਤੇ 82-848 ਅਤੇ 0073 ਆ ਜੀ ਜੇ ਕਿਸੇ ਵੀਰ ਜਾਂ ਭੈਣ ਨੇ ਇਹਨਾਂ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਸਰਦਾਰ ਸੁਰਿੰਦਰ ਸਿੰਘ ਮੱਕੜ ਜੀ ਬਾਰੇ ਤਾਂ ਸਭ ਤੋਂ ਐਨੀ ਟਾਈਮ ਇਹਨਾਂ ਨੰਬਰਾਂ 'ਤੇ ਫੋਨ ਕਰਕੇ ਤੁਸੀਂ ਲੈ ਸਕਦੇ ਹੋ ਜੀ ਅਤੇ ਬਸ ਇੰਨੇ ਕਿ ਸਾਡੇ ਦਿਲ ਦੇ ਜਜ਼ਬਾਤ ਅਤੇ ਵਿਚਾਰ ਸੀਗੇ ਅਤੇ ਜ਼ਰੂਰ ਇਹਨਾਂ ਨੂੰ ਧਿਆਨ ਨਾਲ ਸੁਣ ਕੇ ਅਮਲ ਜ਼ਰੂਰ ਕਰਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਜਾਇਸ਼ਾ ਜੀ